ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਆਪਣਾ ਗ੍ਰਾਮਰ ਵਰਕ ਸ਼ੁਰੂ ਜਿਦੇ ਵਿੱਚ ਮੈਂ ਕਰਵਾ ਰਹੀ ਹਾਂ ਤੁਹਾਨੂੰ ਅਖਾਣ ਇਹਦੇ ਵਿੱਚ ਅਖਾਣਾਂ ਦੇ ਅਰਥ ਤੇ ਵਾਕਾਂ ਵਿੱਚ ਵਰਤੋਂ ਅਸੀਂ ਕਿਸ ਤਰ੍ਹਾਂ ਕਰਨੀ ਹੈ ਬੇਟਾ ਉਹ ਦੱਸਾਂਗੇ ਜਿਸ ਤਰ੍ਹਾਂ ਕਿ ਸਾਡਾ ਪਹਿਲਾ ਅਖਾਣ ਹੈ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੇ ਇਹਦਾ ਮਤਲਬ ਹੈ ਕਿ ਇਹ ਇੱਕ ਇਨਸਾਨ ਕਿ ਜਿਹੜਾ ਹਰ ਪਾਸੇ ਮਤਲਬ ਮੌਜੂਦ ਪ੍ਰਧਾਨ ਬਣਿਆ ਹੋਵੇ ਠੀਕ ਹੈ ਇਹਨੂੰ ਇਸ ਤਰ੍ਹਾਂ ਲਿਖਾਂਗੇ ਕਿ ਹਰ ਥਾਂ ਪ੍ਰਧਾਨ ਬਣਿਆ ਰਹਿਣ ਵਾਲਾ ਆਦਮੀ ਅਗੇ ਤਾਂ ਅਹੀਂ ਖਾਨ ਦਾ ਅਰਥ ਇਹ ਹੈਗਾ ਤੇ ਹੁਣ ਅਸੀਂ ਵਾਕ ਬਣਾਵਾਂਗੇ ਜਿਸਾ ਕਿ ਰਾਮ ਸਿੰਘ ਪਿੰਡ ਦੇ ਹਰ ਮਾਮਲੇ ਵਿੱਚ ਪ੍ਰਧਾਨ ਬੰਦਾ ਹੈ ਮਾਮਲਾ ਭਾਵੇਂ ਕੋਈ ਧਾਰਮਿਕ ਦੀਵਾਨ ਦਾ ਹੋਵੇ ਭਾਵੇਂ ਪੰਚਾਇਤ ਦਾ ਭਾਵੇਂ ਕੋਈ ਘਰੇਲੂ ਝਗੜੇ ਦਾ ਭਾਵੇਂ ਵੋਟਾਂ ਮੰਗਣ ਵਾਲਿਆਂ ਨਾਲ ਘੁੰਮਣ ਦਾ ਹੋਵੇ ਉਹ ਹਰ ਥਾਂ ਪ੍ਰਧਾਨ ਹੁੰਦਾ ਹੈ ਜਿਸ ਨੂੰ ਵੇਖ ਕੇ ਬੰਤੇ ਨੇ ਕਿਹਾ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਹਰ ਸੈਕਿੰਡ ਅਖਾਣ ਹੈਗਾ ਕਹਿੰਦੇ ਕਿ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਇਹਦਾ ਜਿਹੜਾ ਅਰਥ ਹੈ ਉਹ ਹੈਗਾ ਕਹਿੰਦੇ ਕਿ ਜੋ ਬੰਦਾ ਆਪਣੇ ਲਈ ਕੁਝ ਕਰਨ ਜੋਗਾ ਨਾ ਹੋਵੇ ਤੇ ਦੂਜਿਆਂ ਦਾ ਕੀ ਸਵਾਰੇਗਾ ਇਹਦਾ ਹੀ ਵਾਕ ਬਣਾਨੇ ਆ ਕਹਿੰਦੇ ਕਿ ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਕਿਹਾ ਹੈ ਕਿ ਉਹ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀ ਲਵਾ ਦੇਵੇਗਾ ਤਾਂ ਮੈਂ ਹੱਸ ਕੇ ਕਿਹਾ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ ਜੇਕਰ ਉਸ ਦੀ ਐਨੀ ਪਹੁੰਚ ਹੁੰਦੀ ਪਹੁੰਚ ਮਤਲਬ ਐਨੀ ਵਾਕ ਵੀ ਹੁੰਦੀ ਜਾਂ ਪਹੁੰਚ ਹੁੰਦੀ ਜਾਂ ਐਨੀ ਚੱਲਦੀ ਹੁੰਦੀ ਤਾਂ ਉਹ ਆਪਣੇ ਬੀਏ ਪਾਸ ਵੇਲੇ ਮੁੰਡੇ ਨੂੰ ਨੌਕਰੀ ਲਾ ਨੌਕਰੀ ਨਾਲ ਲਵਾਉਂਦਾ ਉਹ ਸਿਰਫ ਗੱਲਾਂ ਕਰਨ ਜੁਗਾ ਹੈ ਕੰਮ ਕਰਨ ਜੁਗਾ ਨਹੀਂ ਫਿਰ ਹੈ ਗਾਡਾ ਨੈਕਸਟ ਕਹਿੰਦਾ ਕਿ ਉਹ ਨਾ ਭੁੱਲਾ ਜਾਣੀ ਜੋ ਮੁੜ ਕੇ ਆਵੇ ਕਹਿੰਦੇ ਕਿ ਇਹ ਅਖਾਣ ਉਦੋਂ ਵਰਤਿਆ ਜਾਂਦਾ ਜਦੋਂ ਕੋਈ ਗਲਤੀ ਕਰਕੇ ਛੇਤੀ ਹੀ ਉਹਦਾ ਪਛਤਾਪ ਕਰ ਲੈ ਛੇਤੀ ਉਹਨੂੰ ਫੀਲ ਹੋਵੇ ਕਿ ਮੈਂ ਗਲਤੀ ਕੀਤੀ ਹੈ ਮੰਨ ਲਵੇ ਤੇ ਸੰਭਲ ਜਾਵੇ ਤੇ ਵਾ ਕਿਸ ਤਰ੍ਹਾਂ ਹੈ ਕਹਿੰਦੇ ਕਿ ਜਦੋਂ ਸੁਰਜੀਤ ਹਰਜੀਤ ਨਾਲ ਕੀਤੇ ਧੋਖੇ ਦੀ ਉਸ ਤੋਂ ਮਾਫੀ ਮੰਗਣ ਆਇਆ ਤਾਂ ਸੁਰਜੀਤ ਨੂੰ ਆਪਣੇ ਘਰ ਨਾ ਆਉਣ ਦਿੱਤਾ ਤਾ ਉਸਨੇ ਕੀ ਕੀਤਾ ਸਰਜੀਤ ਨੂੰ ਆਪਣੇ ਘਰ ਨਾ ਆਉਣ ਦਿੱਤਾ ਇਹ ਵੇਖ ਕੇ ਪਿੰਡ ਦੇ ਬਜ਼ੁਰਗ ਨੇ ਹਰਜੋਤ ਨੂੰ ਸਮਝਾਉਂਦਿਆਂ ਕਿਹਾ ਉਹ ਨਾ ਭੁੱਲਾ ਜਾਣੀ ਜੋ ਮੁੜ ਕੇ ਆਵੇ ਇਸ ਲਈ ਤੂੰ ਸਰਜੀਤ ਨੂੰ ਮਾਫ ਕਰ ਦੇ ਫਿਰ ਹੈਗਾ ਅਡ ਨੈਸਟ ਕਹਿੰਦੇ ਉਹ ਫਿਰੇ ਨੱਥ ਕੜਾਉਣ ਨੂੰ ਉਹ ਫਿਰੇ ਨੱਕ ਵਡਾਉਣ ਨੂੰ ਨੱਥ ਜਿਹੜੀ ਅਸੀਂ ਨੋਜ਼ ਵਿੱਚ ਪਾਉਂਦੇ ਆ ਠੀਕ ਹੈ ਨੋਜ਼ ਪਿੰਨ ਟਾਈਪ ਥੋੜੇ ਲੌਂਗ ਉਹਨੂੰ ਕਹਿੰਦੇ ਨੇ ਨੱਥ ਗਹਿਣਾ ਹੈਗਾ ਪੰਜਾਬੀ ਨੂੰ ਦਾ ਤੇ ਇਹ ਹੈਗਾ ਇਹਦਾ ਅਰਥ ਦੱਸਾਂਗੇ ਕਹਿੰਦੇ ਕਿ ਜਦੋਂ ਕੋਈ ਵਿਅਕਤੀ ਕਿਸੇ ਤੇ ਆਸ ਲਾ ਕੇ ਬੈਠਾ ਹੋਵੇ ਤੇ ਉਹ ਅਗਲਾ ਉਸ ਨੂੰ ਨੁਕਸਾਨ ਪਹੁੰਚਾਉਣ ਨੂੰ ਤਲਿਆ ਹੋਵੇ ਆਦਾ ਵਾਕ ਬੰਡਣੇ ਆ ਕਹਿੰਦੇ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਹਰੀਸ਼ ਆਪਣੀ ਤਨਖਾਹ ਵਧਾਉਣ ਦੀ ਗੱਲ ਆਪਣੇ ਮਾਲਕ ਨਾਲ ਕਰਨ ਵਾਲਾ ਹੈ ਤਾਂ ਮੈਂ ਕਿਹਾ ਕਿ ਤੂੰ ਮਾਲਕ ਨੂੰ ਆਪਣੀ ਤਨਖਾਹ ਵਧਾਉਣ ਦੀ ਗੱਲ ਕਰਨ ਵਾਲਾ ਹੈ ਤੇ ਉਹ ਤੈਨੂੰ ਨੌਕਰੀ ਤੋਂ ਕੱਢਣ ਦੀਆਂ ਗੱਲਾਂ ਕਰ ਰਿਹਾ ਸੀ ਤੇਰੇ ਵਾਲੀ ਤਾਂ ਉਹ ਗੱਲ ਹੋਈ ਅਖੇ ਉਹ ਫਿਰੇ ਨੱਥ ਕਢਾਉਣ ਨੂੰ ਉਹ ਫਿਰੇ ਨੱਕ ਵਧਾਉਣ ਨੂੰ ਫਿਰ ਹਗਾਗਾ ਨਾਸਟ ਕਹਿੰਦੇ ਉਹ ਮਾਂ ਮਰ ਗਈ ਜਿਹੜੀ ਦਹੀਂ ਮੱਖਣ ਨਾਲ ਰੋਟੀ ਟੁਕ ਦਿੰਦੀ ਸੀ ਹੁਣ ਚੋ ਮਤਲਬ ਤੁਹਾਨੂੰ ਦੋ ਤਰ੍ਹਾਂ ਦੇ ਆਖਣ ਆ ਸਕਦੇ ਨੇ ਜਿਸ ਸਾ ਕਿ ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਰੋਟੀ ਟੁਕ ਦਿੰਦੀ ਸੀ ਜਾਂ ਫਿਰ ਆਏਗਾ ਉਹ ਮਾਂ ਮਰ ਗਈ ਜਿਹੜੀ ਮੱਖਣ ਨਾਲ ਰੋਟੀ ਟੁਕ ਦਿੰਦੀ ਸੀ ਤੇ ਇਹਦਾ ਸਾਡਾ ਅਰਥ ਹੈ ਕਹਿੰਦੇ ਕਿ ਬੀਤੇ ਸਮੇਂ ਦੇ ਸੁੱਖਾਂ ਦੀ ਆਸ ਕਰਨ ਵਾਲੇ ਵਿਅਕਤੀ ਤੇ ਲਾਗੂ ਹੁੰਦਾ ਹੈ ਤੇ ਇਹਦਾ ਅਸੀਂ ਵਾਕਿ ਬਣਾਵਾਂਗੇ ਕਹਿੰਦੇ ਕਿ ਨਵੇਂ ਦਫਤਰ ਦਾ ਕਾਰਜ ਸੰਭਾਲਦਿਆਂ ਹੀ ਮੈਨੂੰ ਸਟਾਫ ਦੀ ਲਾਪਰਵਾਹੀ ਨਾਲ ਕੰਮ ਕਰਨ ਦੀ ਆਦਤ ਆ ਪਤਾ ਲੱਗ ਗਿਆ ਜਿਹੜੀ ਕਿ ਉਹਨਾਂ ਨੂੰ ਪਹਿਲੇ ਅਫਸਰ ਦੀਆਂ ਕਮਜ਼ੋਰੀਆਂ ਕਰਕੇ ਪਈ ਸੀ ਪਰ ਮੈਂ ਇੱਕ ਦਿਨ ਸਾਰੇ ਸਟਾਫ ਨੂੰ ਬੁਲਾ ਕੇ ਕਿਹਾ ਮੈਂ ਦਫਤਰ ਵਿੱਚ ਕਿਸੇ ਨੂੰ ਲਾਪਰਵਾਹੀ ਨਹੀਂ ਕਰਨ ਦੇਣੀ ਤੇ ਨਾ ਹੀ ਕਿਸੇ ਦਾ ਲਿਹਾਜ਼ ਕਰਨਾ ਹੈ ਕਿਉਂਕਿ ਉਹ ਮਾ ਮਾਰ ਗਈ ਜਿਹੜੀ ਦਹੀਂ ਜਾਂ ਮੱਖਣ ਨਾਲ ਟੁੱਕ ਦਿੰਦੀ ਸੀ ਠੀਕ ਹੈ ਬੇਟਾ ਨੈਕਸਟ ਹੈ ਕਹਿੰਦੀਆਂ ਕਿ ਕਹਿੰਦੇ ਨੇ ਕਿ ਉਹ ਦੀਆਂ ਜੁੱਤੀਆਂ ਉਹਦਾ ਸਿਰ ਜਦੋਂ ਕਿਸੇ ਨੂੰ ਉਸ ਦੇ ਆਪਣੇ ਸਾਧਨਾ ਨਾਲ ਹਾਨੀ ਪਹਾਈ ਜਾਵੇ ਉਦੋਂ ਇਹ ਜਿਹੜਾ ਅਖਾਣ ਵਰਤਿਆ ਜਾਂਦਾ ਹੈ ਇਦਾਂ ਹੀ ਵਾਕ ਬਣਾਵਾਂਗੇ ਕਹਿੰਦੇ ਕਿ ਜਦੋਂ ਮੇਰੇ ਕਿਰਾਏਦਾਰ ਨੇ ਮੈਨੂੰ ਕਿਰਾਇਆ ਦੇਣ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾ ਮੈਂ ਉਸ ਨੂੰ ਕਿਹਾ ਕਿ ਮੈਂ ਅਦਾਲਤ ਵਿੱਚ ਮੁਕਦਮਾ ਕਰਕੇ ਜਦੋਂ ਦਾ ਉਹ ਮੇਰੇ ਮਕਾਨ ਵਿੱਚ ਰਹਿਣ ਲੱਗਾ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਕਿਰਾਏ ਦੀ ਮੰਗ ਕਰਾਂਗਾ ਤੇ ਜਿਹੜਾ ਕਿਰਾਇਆ ਮੈਂ ਉਸ ਤੋਂ ਬਿਨਾਂ ਰਸੀਦ ਲਿਆ ਸੀ ਉਹ ਮੁਕਦਮੇ ਤੇ ਲਾ ਦਿਆਂਗਾ ਮੇਰਾ ਕੀ ਹੈ ਬਸ ਉਹਦੀਆਂ ਜੁੱਤੀਆਂ ਤੇ ਉਹਦੇ ਸਿਰ ਵਾਲੀ ਗੱਲ ਹੋਵੇਗੀ ਠੀਕ ਹੈ ਬੇਟਾ ਨੈਕਸਟ ਹੈ ਕਹਿੰਦੇ ਉਗਲੇ ਤਾਂ ਅੰਨਾ ਖਾਵੇ ਤਾਂ ਕੋੜੀ ਇਹ ਕਿਦੋਂ ਵਰਤਿਆ ਜਾਂਦਾ ਕਹਿੰਦੇ ਜਦੋਂ ਕੋਈ ਅਜੇ ਹੀ ਸਥਿਤੀ ਵਿੱਚ ਫਸ ਜਾਵੇ ਜਿੱਥੇ ਦੋਹਾਂ ਹੀ ਪਾਸੇ ਜਣਾ ਨੁਕਸਾਨ ਹੁੰਦਾ ਹੋਵੇ ਇਹਦਾ ਹਿਵਾ ਕਿਸ ਤਰ੍ਹਾਂ ਬਣਾਵਾਂਗੇ ਕਹਿੰਦੇ ਕਿ ਜਦੋਂ ਅਸੀਂ ਹਰੀ ਨੂੰ ਸਲਾਹ ਦਿੱਤੀ ਕਿ ਇਸ ਕੰਮ ਵਿੱਚ ਕੋਈ ਫਾਇਦਾ ਨਹੀਂ ਤਾਂ ਉਸਨੇ ਸਾਡੀ ਇੱਕ ਨਾ ਸੁਣੀ ਹੁਣ ਉਸਦਾ ਕੰਮ ਬਹੁਤ ਘਾਟੇ ਵਿੱਚ ਜਾ ਰਿਹਾ ਹੈ ਪਰ ਹੁਣ ਉਸ ਦੀ ਅਜੇ ਹੀ ਸਥਾ ਸੌਰੀ ਪਰ ਹੁਣ ਉਸ ਦੀ ਅਜੇਹੀ ਹਾਲਤ ਹੋ ਗਈ ਹੈ ਕਿ ਜੇ ਉਗਲੇ ਤਾਂ ਅੰਨਾ ਖਾਵੇ ਤਾਂ ਕੋੜੀ ਨੈਸਟ ਹੈ ਕਹਿੰਦੇ ਕਿ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ ਇਹਦੇ ਵਿੱਚ ਸਾਡਾ ਅਰਥ ਕੀ ਹੋਏਗਾ ਔਖਾ ਰਾ ਚੁੰਨਣ ਵਾਲਾ ਬੰਦਾ ਤਕਲੀਫ ਤੋਂ ਨਹੀਂ ਡਰਦਾ ਤੇ ਇਹਦਾ ਵਾਕ ਕੀ ਹੋਏਗਾ ਕਹਿੰਦੇ ਕਿ ਜਦੋਂ ਇੱਕ ਸੱਚੇ ਦੇਸ਼ ਭਗਤ ਨੂੰ ਉਸ ਦੇ ਇੱਕ ਮਿੱਤਰ ਨੇ ਜੇਲ੍ਹ ਦੀ ਸਜ਼ਾ ਤੇ ਤਕਲੀਫਾਂ ਬਾਰੇ ਉਸ ਨੂੰ ਦੱਸਿਆ ਤਾਂ ਉਸ ਨੇ ਬੜੇ ਸਿੱਦਕ ਨਾਲ ਕਿਹਾ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ ਫਿਰ ਹੈਗਾ ਹੈ ਸਾਡਾ ਨੇਸਟ ਕਹਿੰਦਾ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਆ ਕਰਤਾਰ ਕਿਹਨੂੰ ਕਹਿੰਦੇ ਨੇ ਪ੍ਰਮਾਤਮਾ ਨੂੰ ਠੀਕ ਹੈ ਇਹਦੇ ਵਿੱਚ ਸਾਡਾ ਅਰਥ ਕੀ ਹੈ ਕਹਿੰਦੇ ਕਿ ਜਦੋਂ ਕੋਈ ਹੰਕਾਰ ਨਾਲ ਬੋਲਦਾ ਹੈ ਤਾਂ ਉਸ ਦੇ ਹੰਕਾਰ ਨੂੰ ਰੋਕਣ ਵਾਸਤੇ ਇਹ ਅਖਾਣ ਵਰਤਿਆ ਜਾਂਦਾ ਹੈ ਅਰਥ ਹੈਗਾ ਇਹ ਵਾਲਾ ਤੇ ਵਾਕ ਅਗੇ ਬਣਾਣਿਆ ਕਿ ਕਹਿੰਦੇ ਸਾਨੂੰ ਕਦੇ ਵੀ ਹੰਕਾਰ ਵਿੱਚ ਆ ਕੇ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਹੰਕਾਰ ਦਾ ਫਲ ਚੰਗਾ ਨਹੀਂ ਹੁੰਦਾ ਸਿਆਣਿਆਂ ਨੇ ਐਵੇਂ ਤਾਂ ਨਹੀਂ ਕਿਹਾ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਫਿਰ ਹੈਗਾ ਹਡ ਨੈਸਟ ਕਹਿੰਦੇ ਉੱਚੀ ਦੁਕਾਨ ਫਿੱਕਾ ਪਕਵਾਨ ਪਕਵਾਨ ਕੀ ਖਾਣ ਪੀਣ ਦਾ ਚੀਜ਼ ਠੀਕ ਹੈ ਕਹਿੰਦੇ ਕਿ ਕਿਸੇ ਦਾ ਨਾਮ ਬਹੁਤ ਹੋਣਾ ਪਰ ਵਾ ਪੈਨ ਤੇ ਉਹ ਮਾੜਾ ਸਿੱਧ ਹੋਣਾ ਇਹਦਾ ਹੀ ਵਾ ਕਿਸ ਤਰ੍ਹਾਂ ਬਣਾਵਾਂਗੇ ਕਹਿੰਦੇ ਕਿ ਇੱਕ ਸਮਾਸੀ ਜਦੋਂ ਇਹ ਕੰਪਨੀ ਬਹੁਤ ਵਧੀਆ ਮਾਲ ਬਣਾਉਂਦੀ ਸੀ ਪਰ ਜਦੋਂ ਦੀ ਇਸ ਕੰਪਨੀ ਦੀ ਬਹੁਤ ਪ੍ਰਸਿੱਧੀ ਹੋ ਗਈ ਤਾਂ ਇਸ ਦੇ ਇਸ ਨੇ ਘਟੀਆ ਮਾਲ ਬਣਾਉਣਾ ਸ਼ੁਰੂ ਕਰ ਦਿੱਤਾ ਇਸ ਦੀ ਤਾਂ ਉਹ ਗੱਲ ਹੈ ਉੱਚੀ ਦੁਕਾਨ ਫਿੱਕਾ ਪਕਵਾਨ ਫਿਰ ਹੈਗਾ ਸਾਡਾ ਅਗਲਾ ਕਹਿੰਦੇ ਉਜੜੇ ਪਿੰਡ ਪੜੋਲਾ ਮਹਿਲ ਜਾ ਤਾਨੂੰ ਵਾਕ ਇਹ ਅਖਾਣ ਇਹ ਆਵੇ ਜਾਂ ਤਾਨੂੰ ਅਖਾਣ ਆ ਸਕਦਾ ਉਜੜੇ ਬਾਗਾਂ ਦੇ ਗੱਲ ਪਟਵਾਰੀ ਤੇ ਇਹਨਾਂ ਦੋਨਾਂ ਦਾ ਮਤਲਬ ਇਹੀ ਹੈ ਕਿ ਜਦੋਂ ਚੰਗੀ ਚੀਜ਼ ਦੀ ਅਨਹੋਦ ਹੋਵੇ ਤੇ ਮਾੜੇ ਦੀ ਕਦਰ ਹੋਣੀ ਠੀਕ ਹੈ ਇਹਦੇ ਵਿੱਚ ਅਹੀਂ ਦਾ ਵਾਕ ਬਣਾਨੇ ਆ ਕਹਿੰਦੇ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਪਿੰਡ ਦੇ ਸਾਰੇ ਬੰਦੇ ਚੰਗੇ ਬੰਦੇ ਸ਼ਹਿਰ ਵਿੱਚ ਜਾ ਵਸੇ ਹਨ ਇਸ ਸੰਤਾਫੀ ਮੀ ਪਿੰਡ ਵਿੱਚ ਚੌਧਰੀ ਬਣ ਬੈਠਾ ਹੈ ਤਾਂ ਮੈਂ ਕਿਹਾ ਉਜੜੇ ਬਾਗਾਂ ਦੇ ਗਲੜ ਪਟਵਾਰੀ ਜਾਂ ਇਹ ਵੀ ਕਹਿ ਸਕਦੇ ਤੁਸੀਂ ਉਜੜੇ ਪਿੰਡ ਭਰੋਲਾ ਮਹਿਲ ਅੱਗੇ ਹੈਗਾ ਹੱਡਾ ਕਹਿੰਦੇ ਉਠ ਨਾ ਸਕਾਂ ਫਿੱਟੇ ਮੋ ਗੋਡਿਆਂ ਦਾ ਇਹਦੇ ਵਿੱਚ ਹੱਡਾ ਅਰਥ ਹੈ ਕਹਿੰਦੇ ਕੰਮ ਕਰਨ ਦੀ ਸ਼ਕਤੀ ਆਪਣੇ ਵਿੱਚ ਨਾ ਹੋਣੀ ਪਰ ਦੋਸ਼ ਦੂਜਿਆਂ 'ਤੇ ਦੇਣਾ ਅਹੀਂ ਵਾਕ ਬਣਾਉਣੇ ਆ ਕਹਿੰਦੇ ਕਿ ਗੁਰਮੀਤ ਨੂੰ ਘਰੋਂ ਖਰਚਾਂ ਲਈ ਤਾਂ ਇੱਕ ਪੈਸਾ ਨਹੀਂ ਮਿਲਦਾ ਪਰੰਤੂ ਉਹ ਫਿਲਮਾਂ ਦੇਖਣ ਦਾ ਵਿਰੋਧ ਕਰਦਾ ਰਹਿੰਦਾ ਹੈ ਜੇਕਰ ਉਸ ਕੋਲ ਪੈਸੇ ਹੋਣ ਤਾਂ ਉਹ ਵੀ ਟਿਕਟ ਖਰੀਦੇ ਤੇ ਫਿਲਮ ਦੇਖੇ ਉਸ ਵਾਲੀ ਤਾਂ ਉਹ ਗੱਲ ਹੈ ਉੱਠ ਨਾ ਸਕਾਂ ਫਿੱਟੇ ਮਗੋਡਿਆਂ ਦੇ ਨੈਕਸਟ ਹੈ ਕਹਿੰਦੇ ਉਠਣੀ ਨੂਹੇ ਨਿਸਲ ਹੋ ਨਿਸਲ ਮਤਲਬ ਮਤਲਬ ਉਹ ਹੋ ਜਾ ਐਕਟਿਵ ਹੋ ਜਾ ਜਾਂ ਤਾਕਤ ਰੱਖ ਜਾਂ ਹਿੰਮਤ ਰੱਖ ਠੀਕ ਹੈ ਚਰਖਾ ਛੱਡ ਕੇ ਚੱਕੀ ਜੋ ਕਹਿੰਦੇ ਕਿ ਜਦੋਂ ਕੋਈ ਕਿਸੇ ਨੂੰ ਚਲਾਕੀ ਨਾਲ ਸੌਖਾ ਤੋਂ ਸੌਖੇ ਤੋਂ ਔਖੇ ਕੰਮ ਵਿੱਚ ਲਾ ਦੇਵੇ ਤੇ ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ ਅਸੀਂ ਵਾ ਕੇ ਇਸ ਤਰ੍ਹਾਂ ਬਣਾਉਂਗੇ ਕਹਿੰਦੇ ਕਿ ਜਦੋਂ ਕਾ ਤਾੜ ਨੇ ਆਪਣੇ ਨੌਕਰ ਨੂੰ ਕਿਹਾ ਕਿ ਜੇਕਰ ਉਹ ਖੇਤ ਵਿੱਚ ਟੀਮਾ ਪਣਦਾ ਥੱਕ ਗਿਆ ਹੈ ਤਾਂ ਉਹ ਪੱਠੇ ਉਤਰਨ ਦਾ ਕੰਮ ਮੁਕਾ ਲਵੇ ਤਾਂ ਮੈਂ ਹੱਸ ਕੇ ਕਿਹਾ ਵਾ ਕਰਤਾਰ ਸਿੰਘਾ ਨੌਕਰ ਦਾ ਚੰਗਾ ਠੇਕੇਵਾਂ ਲਾ ਰਿਆ ਹੈ ਅਖੇ ਉੱਠ ਨੀ ਨੋਹੇ ਨਿਸਾਲ ਹੋ ਚਰਖਾ ਛੱਡ ਗਏ ਚੱਕੀ ਜੋ ਫਿਰ ਹੈਗਾ ਉਤਾਵਲਾ ਸੁਬਾਵਲਾ ਜੇ ਤਾਨੂੰ ਆਵੇ ਉਤਾਵਲਾ ਸੁਬਾਵਲਾ ਜਾਂ ਕਾਲੀ ਅੱਗੇ ਟੋਏ ਤੇ ਇਹਦਾ ਅਰਥ ਇੱਕ ਹੀ ਹੈ ਮਤਲਬ ਕਾਲੀ ਵਿੱਚ ਕੀਤਾ ਫੈਸਲਾ ਠੀਕ ਨਹੀਂ ਹੁੰਦਾ ਫਿਰ ਇਹਦਾ ਵਾਕ ਅਸੀਂ ਇਸ ਤਰ੍ਹਾਂ ਬਣਾਵਾਂਗੇ ਕਹਿੰਦੇ ਕੁੜੀ ਦਾ ਵਿਆਹ ਕਰਨ ਵਿੱਚ ਕਾਲੀ ਨਾ ਕਰੋ ਕਿਉਂਕਿ ਕਾਲੀ ਵਿੱਚ ਕੀਤੇ ਕੰਮ ਠੀਕ ਨਹੀਂ ਹੁੰਦੇ ਸਿਆਣੇ ਕਹਿੰਦੇ ਨੇ ਉਤਾਵਲਾ ਸੁਭਾਵਲਾ ਜੋ ਸੋ ਧੀਰਜ ਨਾਲ ਸੋ ਸਮਝ ਕੇ ਕਰੋ ਜੋ ਕੁਝ ਵੀ ਕਰਨਾ ਹੈ ਠੀਕ ਹੈ ਬੇਟਾ ਫਿਰ ਕਹਿੰਦੇ ਉਤੂ ਪਿਆ ਸੋਤਾ ਕੁਚੱਜੀ ਕੁੰਨਾ ਤੋਤਾ ਠੀਕ ਹੈ ਕੁਚੱਜੀ ਜੀ ਨੂੰ ਅਕਲ ਨਹੀਂ ਹੈਗੀ ਠੀਕ ਹੈ ਕਿ ਇਹ ਹੁਣ ਜਿਹੜਾ ਇਹ ਅਖਾਣ ਹੈ ਉਹਦੂ ਵਰਤਿਆ ਜਾਂਦਾ ਜਦੋਂ ਕੋਈ ਕੰਮ ਕਰਨ ਦਾ ਅਸਲੀ ਸਮਾਂ গোਵਾ ਦੇਵੇ ਅਤੇ ਘੱਟ ਸਮਾਂ ਰਹਿੰਦੇ ਕੰਮ ਸ਼ੁਰੂ ਕਰੇ ਇਹਦਾ ਅਹੀਂ ਵਾਕ ਇਸ ਤਰ੍ਹਾਂ ਲਿਖਾਂਗੇ ਕਹਿੰਦੇ ਗੁਰਮੀਤ ਨੇ ਸਾਰਾ ਸਾਲ ਕਿਤਾਬਾਂ ਨੂੰ ਹੱਥ ਨਹੀਂ ਲਾਇਆ ਤੇ ਹੁਣ ਇਮਤਿਹਾਨ ਨੂੰ ਸਿਰਫ 2 ਦਿਨ ਬਾਕੀ ਹਨ ਤੇ ਉਹ ਅੱਜ ਤੇ ਅੱਜ ਉਹ ਕਿਤਾਬਾਂ ਖੋਲ ਕੇ ਬੈਠ ਗਿਆ ਹੈ ਤਾਂ ਮੈਂ ਕਿਹਾ ਤੇਰੀ ਤਾਂ ਉਹ ਗੱਲ ਹੈ ਉੱਤੇ ਪਿਆ ਸੋਤਾ ਕੁ ਚੱਜੀ ਕੁੰਨਾ ਤੋਤਾ ਠੀਕ ਹੈ ਬੇਟਾ ਇਸ ਤਰ੍ਹਾਂ ਤੁਸੀਂ 15 ਅਖਾਂਡ ਕਰ ਲਓ ਤੇ ਨੈਕਸਟ ਵੀਡੀਓ ਵਿੱਚ ਅਗਲੇ ਅਖਾਂਡ ਕਰਾਂਗੇ ਅੱਛੇ ਤਰ੍ਹਾਂ ਪੜ੍ਹ ਲੈਣਾ ਬੇਟਾ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ